ਮਾਲਵਿੰਦਰ ਸਿੰਘ ਕਾਂਗਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਕਾਂਗਸਾਬ ਜਿਵੇਂ ਮੈਂ ਸੁਣ ਰਿਹਾ ਪਹਿਲੇ ਸ਼ਬਦਾਂ ਦੇ ਵਿੱਚ ਤਾਂ ਮੈਨੂੰ ਖੁਦ ਨੂੰ ਬੜਾ ਵਧੀਆ ਲੱਗਿਆ ਕਿ ਅੱਛਾ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਕੱਢਣੇ ਪੈਣਗੇ ਨਹੀਂ ਤਾਂ ਪਹਿਲਾਂ ਜਾਓ ਜੀ ਆਹ ਕਾਗਜ਼ ਤਾਂ ਤੁਹਾਡੇ ਤਰੂਟੀ ਹੈ ਜੀ ਆਹ ਐਮਸੀ ਦੇ ਸਹੈਨ ਨਹੀਂ ਜੀ ਆਹ ਤੁਹਾਡੇ ਨਾਮ ਦੇ ਪਿਛੇ ਆ ਨਹੀਂ ਲੱਗਿਆ ਜੀ ਸਹੈਨ ਦੁਆਰਾ ਕਰਾ ਕੇ ਲਿਆਓ ਜੀ ਹੁਣ ਯਾਨੀ ਆਮ ਕੰਮਾਂ ਦੇ ਲਈ ਸਰਕਾਰੀ ਦਫ਼ਤਰਾਂ 'ਚ ਕਿਸੇ ਬਜ਼ੁਰਗ ਨੂੰ ਕਿਸੇ ਆਮ ਵਿਅਕਤੀ ਨੂੰ ਆਦਾ ਕੰਮ ਛੱਡ ਕੇ ਨਹੀਂ ਜਾਣਾ ਪਊਗਾ ਸਪਸ਼ਟ ਕਰਿਓ ਦੇਖੋ ਬਰਾੜ ਸਾਹਿਬ ਗੱਲ ਇਹ ਆ ਵੀ ਪੋਲਿਟਿਕਲ ਪਾਰਟੀਆਂ ਵੋਟਾਂ ਮੰਗਣ ਤੇ ਘਰ ਘਰ ਆ ਜਾਂਦੀਆਂ ਲੇਕਿਨ ਲੋਕਾਂ ਦੇ ਕੰਮਾਂ ਦੀ ਜਦੋਂ ਵਾਰੀ ਆ ਜਾਂਦੀ ਆ ਤੇ ਉਦੋਂ ਆ ਆਮ ਤੌਰ ਤੇ ਲੋਕਾਂ ਨਾਲ ਧੋਖਾ ਹੁੰਦਾ ਸੋ ਮਾਨ ਸਾਹਿਬ ਦੀ ਸਰਕਾਰ ਨੇ ਇਹ ਇਨਸ਼ੋਰ ਕੀਤਾ ਹੈ ਵੀ ਵੋਟਾਂ ਤੁਸੀਂ ਸਾਨੂੰ ਪਾਈਆਂ ਹੁਣ ਕੰਮ ਅਸੀਂ ਤੁਹਾਡੇ ਘਰ ਆ ਕੇ ਕਰਾਂਗੇ ਇਹ 43 ਉਹ ਤਮਾਮ ਸਰਵਿਸਿਜ਼ ਹੈ ਜਾਂ ਜ਼ਰੂਰਤਾਂ ਆ ਜਿਹੜੀਆਂ ਹਰੇਕ ਘਰ ਨੂੰ ਲੋੜ ਹੈ ਬਰਥ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਡੈਥ ਸਰਟੀਫਿਕੇਟ ਕਾਸ ਸਰਟੀਫਿਕੇਟ ਇਨਕਮ ਸਰਟੀਫਿਕੇਟ ਇਹ ਉਹ ਉਹ ਡਾਕੂਮੈਂਟ ਹੈ ਜਿਹੜੇ ਹਰੇਕ ਪਰਿਵਾਰ ਨੂੰ ਲੋੜ ਹੈ ਸੋ ਇਹਦੇ ਚ ਬੜਾ ਇੱਕ ਟਰਾਂਸਪੇਰੈਂਟ ਔਰ ਸਾਫ ਸੁਥਰਾ ਮੈਕੈਨਿਜ਼ਮ ਹੈ ਜਿਹਦੇ ਚ ਸਿਰਫ ਤੁਸੀਂ ਘਰ ਬੈਠ ਕੇ ਇੱਕ ਮੋਬਾਈਲ ਡਾਇਲ ਕਰੋਗੇ ਨੰਬਰ ਔਰ ਆਪਣੇ ਆਪ ਨੂੰ ਰਜਿਸਟਰਡ ਕਰਾਉਂਗੇ ਆਪਣੀ ਰਿਕੁਆਇਰਮੈਂਟ ਦੱਸੂਗੇ ਸਰਕਾਰ ਵੱਲੋਂ ਤੁਹਾਡੇ ਸਮੇਂ ਦੇ ਹਿਸਾਬ ਨਾਲ ਅਪਾਇੰਟਮੈਂਟ ਤੇ ਆਊਗੀ ਮੰਨ ਲਓ ਕਿ ਨਵਿੰਦਰ ਬਰਾੜ ਜੀ ਨੇ ਕਿਹਾ ਵੀ ਮੈਂ ਤੇ ਵੀਰਵਾਰ ਅਵੇਲੇਬਲ ਆ 2 ਵਜੇ ਤੇ 2 ਵਜੇ ਤੁਹਾਡੇ ਘਰ ਬੰਦਾ ਆਊਗਾ ਜਿਸ ਸਰਵਿਸ ਦੀ ਤੁਹਾਨੂੰ ਲੋੜ ਆ ਉਸ ਨਾਲ ਸੰਬੰਧਿਤ ਤੁਹਾਡੀ ਜਿਹੜੀ ਆਇਡੈਂਟੀਫਿਕੇਸ਼ਨ ਹੈ ਅੱਛਾ ਇਹਦੇ ਨਾਲ ਦੋ ਚੀਜ਼ਾਂ ਇੱਕ ਤੇ ਤੁਹਾਡੀ ਖੱਜਲ ਖਰਾਬੀ ਤੇ ਕਰਪਸ਼ਨ ਜਿਹੜੀ ਮਿਡਲਮੈਨ ਵਾਲੀ ਖਤਮ ਹੋਈ ਦੂਜਾ ਤੁਸੀਂ ਹੀ ਮਤਲਬ ਤੁਹਾਡਾ ਹੀ ਘਰ ਆਉਂਗੇ ਜਦੋਂ ਤੇ ਉਹ ਜਿਹੜੀ ਫਰਾਡ ਦੀ ਸੰਭਾਵਨਾ ਹੁੰਦੀ ਹੈ ਕਈ ਕਈ ਵਾਰ ਫਰਾਡ ਦੀ ਉਹ ਫਰਾਡ ਪਾਰਟੀ ਵੱਲੋਂ ਵੀ ਖਤਮ ਹੋ ਜਾਊਗਾ ਤੁਹਾਡੀ ਵੀ ਪੱਕੀ ਵੈਰੀਫਿਕੇਸ਼ਨ ਹੋ ਗਈ ਤੇ ਤੁਹਾਡਾ ਸਮਾਂ ਵੀ ਬਚ ਗਿਆ ਮੀਡਲਮੈਨ ਦੀ ਕਰਪਸ਼ਨ ਬਚ ਗਈ ਔਰ ਸਮਾਂ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਤੇ ਹੋ ਗਈ ਔਰ ਪੂਰਾ ਹੀ ਟ੍ਰਾਂਸਪੇਰੈਂਟ ਡਿਜੀਟਲ ਰਹੂਗਾ ਇਹ ਇਹ ਪੋਸੀਬਲ ਕਿਵੇਂ ਹੋਊਗਾ ਜੀ ਕਿਵੇਂ ਹੋਣਾ ਕੌਣ ਲੋਕ ਆ ਕਿਹੜੇ ਜਿਹੜੇ ਸਾਂਝ ਕੇਂਦਰਾਂ ਦੇ ਵਿੱਚ ਬੈਠੇ ਨੇ ਜਾਂ ਸਰਕਾਰ ਦੇ ਕਿਹੜੇ ਮੁਲਾਜ਼ਮ ਨੇ ਜਿਹੜੇ ਘਰੇ ਆਉਣਗੇ ਕਿਉਂਕਿ ਸਾਂਝ ਕੇਂਦਰਾਂ ਦੇ ਵਿੱਚ ਪਹਿਲਾਂ ਦਾਵਾ ਕੀਤਾ ਜਾਂਦਾ ਮੁਲਾਜ਼ਮ ਥੋੜੇ ਆ ਜੀ ਲੋਕ ਜਾਂਦੇ ਆ ਜੀ ਲੈਂ ਲਾ ਲਓ ਜੀ ਸ਼ਾਮ ਤੱਕ ਬੈਠੇ ਰਹੋ ਖੜਜੋ ਜੀ ਬਹਿਜੋ ਜੀ ਹੁਣ ਟਾਈਮ ਹੋ ਗਿਆ ਲੰਚ ਟਾਈਮ ਹੋ ਗਿਆ ਕੱਲ ਨੂੰ ਆ ਜਿਓ ਫਿਰ ਉਹ ਤੁਸੀਂ ਘਰਾਂ ਦੇ ਵਿੱਚ ਸਹੂਲਤ ਕਿਵੇਂ ਦਿਓਗੇ ਨਹੀਂ ਇਹ ਸਰਵਿਸ ਅਸੀਂ ਆਲਰੇਡੀ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਚ ਇੰਪਲੀਮੈਂਟ ਕਰਕੇ ਦੇਖੀ ਔਰ ਬਹੁਤ ਕਾਮਯਾਬ ਸਾਡਾ ਇਹ ਮਾਡਲ ਆ ਇਹ ਦੇ ਤਰ੍ਹਾਂ ਸੀ ਇੱਕ ਕੰਪਨੀ ਨੂੰ ਆਊਟਸੋਰਸ ਕਰ ਰਹੇ ਆ ਜੀ ਦਾ ਇੱਕ ਕੋਈ ਨੰਬਰ ਪੂਰੇ ਸਟੇਟ ਲਈ ਹੋਊਗਾ 1076 1076 ਕਿਸੇ ਵੀ ਜ਼ਿਲ੍ਹੇ ਚੋਂ ਕਿਸੇ ਵੀ ਪਿੰਡ ਚੋਂ ਤੁਸੀਂ ਡਾਇਲ ਕਰੋਗੇ ਉਹ ਕੰਪਨੀ ਦੀ ਅੱਗੋਂ ਜਿਹੜਾ ਜਿਹੜਾ ਤੁਹਾਡਾ ਟੈਂਡੈਂਟ ਹੈ ਉਹ ਤੁਹਾਡੀ ਰਿਕੁਆਇਰਮੈਂਟ ਪੁੱਛੂਗਾ ਤੁਹਾਡਾ ਐਡਰੈਸ ਪੁੱਛੂਗਾ ਤੁਹਾਡਾ ਜ਼ਿਲ੍ਹਾ ਪੁੱਛੂਗਾ ਤੁਹਾਡੀ ਤਹਿਸੀਲ ਪੁੱਛੂਗਾ ਫਿਰ ਤੁਹਾਡੇ ਘਰ ਸਰਕਾਰ ਦਾ ਇੱਕ ਬੰਦਾ ਤੁਹਾਡੀ ਸ਼ੁਭਦਾ ਦੇ ਹਿਸਾਬ ਨਾਲ ਘਰ ਜਾਊ ਉਹਦੇ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਬਹੁਤ ਬੈਲ ਪਲਾਨਡ ਮੈਕੈਨਿਜ਼ਮ ਹੈ ਅੱਛਾ ਆਊਟਸੋਰਸ ਜ਼ਰੂਰ ਅਸੀਂ ਕਰ ਰਹੇ ਆ ਨੋ ਡਾਊਟ ਇਹਦੇ ਨਾਲ এমਪਲੋਇਮੈਂਟ ਵੀ ਜਨਰੇਟ ਹੋਊਗਾ ਲੇਕਿਨ ਸਰਕਾਰ ਦਾ ਇਹਦੇ ਤੇ ਚੈੱਕ ਹਰ ਟਾਈਮ ਰਹੂਗਾ ਕਿ ਜੇ ਤੁਸੀਂ ਕੋਈ ਚੀਜ਼ ਦੀ ਰਿਕਵੈਸਟ ਕੀਤੀ ਆ ਅਗਲੇ 10 ਦਿਨਾਂ ਚ ਤੁਹਾਨੂੰ ਦੇਣੀ ਸੀ ਉਹ ਕਿੱਥੇ ਸਟੇਟਸ ਕੀ ਆ ਆਨਲਾਈਨ ਸਟੇਟਸ ਚੈੱਕ ਹੋਊਗਾ ਤੁਹਾਨੂੰ ਜਿਹੜਾ ਪਾਸਵਰਡ ਇਸ਼ੂ ਕੀਤਾ ਜਾਊਗਾ ਤੁਹਾਡੀ ਰਜਿਸਟ੍ਰੇਸ਼ਨ ਹੋਊਗੀ ਜਦੋਂ ਤਾਂ ਤੁਸੀਂ ਆਨਲਾਈਨ ਆਪਣਾ ਸਟੇਟਸ ਵੀ ਚੈੱਕ ਕਰ ਸਕਦੇ ਜਿਸ ਤਰ੍ਹਾਂ ਆਪਾਂ ਵੀਜ਼ਾ ਲਵਾਉਣ ਜਾਂਦੇ ਹਾਂ ਅੰਬੈਸੀਆਂ 'ਚ ਉਹ ਤੁਸੀਂ ਤੁਹਾਨੂੰ ਇੱਕ ਨੰਬਰ ਇਸ਼ੂ ਕਰ ਦਿੰਦਾ ਤੁਸੀਂ ਉਹਦੇ ਨਾਲ ਆਪਣੇ ਵੀਜ਼ੇ ਦਾ ਸਟੇਟਸ ਪਤਾ ਕਰ ਲੈਣੇ ਆ ਅੱਜ ਮੇਰਾ ਕੀ ਉਹ ਸੇਮ ਉਸ ਪੈਟਰਨ ਤੇ ਸੋ ਮੈਨੂੰ ਲੱਗਦਾ ਹੈ ਵੀ ਇਹਦੇ ਨਾਲ ਲੋਕਾਂ ਨੂੰ ਬਹੁਤ ਸੁਵਿਧਾ ਹੋਊਗੀ ਕੰਗਸਰ ਜਿਵੇਂ ਇਹ ਤੁਸੀਂ ਮੰਨ ਲਓ ਕਿਸੇ ਨੇ ਪਹਿਲਾਂ ਅਪਲਾਈ ਪਹਿਲਾਂ ਤੁਹਾਡੇ ਮੁਲਾਜ਼ਮ ਘਰੇ ਆਉਣਗੇ ਅਪਲਾਈ ਘਰੇ ਆ ਕੇ ਆਪੇ ਕਰਕੇ ਜਾਣਗੇ ਅਸੀਂ ਸਿਰਫ ਉਹਨਾਂ ਨੂੰ ਕਾਗਜ਼ ਹੀ ਦੇਣੇ ਆ ਚਾਹੇ ਕੋਈ ਵੀ ਸਰਟੀਫਿਕੇਟ ਆ ਉਸ ਤੋਂ ਬਾਅਦ ਉਹ ਸਰਟੀਫਿਕੇਟ ਤੁਹਾਨੂੰ ਮਿਲਣਾ ਕਿਵੇਂ ਅਸੀਂ ਅਪਲਾਈ ਤਾਂ ਚਲੋ ਹੋ ਗਿਆ ਤੇ ਫਿਰ ਉਹ ਤੁਹਾਨੂੰ ਬੜਾ ਸਿੰਪਲ ਹੈ ਤੁਸੀਂ 1076 ਡਾਇਲ ਕੀਤਾ ਅਗਲੇ ਆਨੇ ਤੁਹਾਨੂੰ ਰਿਕੁਆਇਰਮੈਂਟ ਪੁੱਛਣੀ ਤੁਹਾਡਾ ਐਡਰੈਸ ਪੁੱਛਣਾ ਤੁਹਾਨੂੰ ਪੁੱਛਣਾ ਵੀ ਤੁਸੀਂ ਕਦੋਂ ਅਵੇਲੇਬਲ ਹੋ ਕਰ ਫਿਰ ਬੰਦਾ ਤੁਹਾਡੇ ਘਰ ਆਊਗਾ ਤੁਹਾਡੀਆਂ ਪੂਰੀਆਂ ਫਾਰਮੈਲਿਟੀ ਜਿਹੜੀਆਂ ਡਾਕੂਮੈਂਟੇਸ਼ਨ ਹੈ ਉਹ ਤੁਹਾਡੇ ਘਰੇ ਹੀ ਹੋ ਜਾਣੀਆਂ ਉੱਥੇ ਉਹਨੇ ਵੈਰੀਫਾਈ ਕਰਕੇ ਲੈ ਜਾਣਾ ਔਰ ਤੁਹਾਨੂੰ ਜਿਹੜਾ ਆ ਇੱਕ ਜਿਹੜਾ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਦੇ ਦੇਣਾ ਉਸ ਤੋਂ ਬਾਅਦ ਜੋ ਟਾਈਮ ਬਾਉਂਡ ਉਹਦੇ ਹਿਸਾਬ ਨਾਲ ਤੁਹਾਨੂੰ ਡਿਜੀਟਲ ਤੁਹਾਡੇ ਫੋਨ ਤੇ ਵੀ ਆ ਜਾਊਗਾ ਡਿਜੀਟਲ ਸਾਈਨ ਵੱਲੋਂ ਉਹ ਸਰਟੀਫਿਕੇਟ ਨਾਲ ਨਾਲ ਇੱਕ ਹਾਰਡ ਕਾਪੀ ਤੁਹਾਡੇ ਘਰ ਡਿਲੀਵਰ ਬੰਦਾ ਹੀ ਕਰੂਗਾ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਣੀ ਅੱਛਾ ਇੱਕ ਚੀਜ਼ ਹਸਪੈਟ ਕਰਿਓ ਹਾਲਾਂਕਿ ਤੁਹਾਡਾ 1.5 ਮਿੰਟ ਲੱਗ ਸਕਦਾ 43 ਸਵਾਵਾਂ ਕਿਹੜੀਆਂ ਕਿਹੜੀਆਂ ਜਿਹੜੀਆਂ ਸਾਨੂੰ ਮਿਲਣਗੀਆਂ ਮੈਂ ਚਾਹੁੰਦਾ ਕਿ ਤੁਸੀਂ ਅਗਰ ਬੋਲ ਕੇ ਦੱਸ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਣ ਇਹ ਚ ਮੋٹے ਮੋٹے ਤੌਰ ਤੇ ਬਰਾੜ ਸਾਹਿਬ ਇਹਦੇ ਚ ਇਹ ਬਰਸ ਸਰਟੀਫਿਕੇਟ ਹੋ ਗਿਆ ਇਨਕਮ ਸਰਟੀਫਿਕੇਟ ਹੈ ਐਫ ਇਹਦੇ ਚ ਸਟਾਈਪੈਂਟ ਚਿਲड्रन ਬੈਨੀਫਿਸ਼ੀਰੀਜ਼ ਰੈਜ਼ੀਡੈਂਟ ਸਰਟੀਫਿਕੇਟ ਕਾ ਸਰਟੀਫਿਕੇਟ ਰਜਿਸਟ੍ਰੇਸ਼ਨ ਆਫ ਕੰਸਟਰਕਸ਼ਨ ਵਰਕਰ ਪੈਨਸ਼ਨ 올ਡ ਏਜ ਸਰਟੀਫਿਕੇਟ ਬੀਸੀ ਸਰਟੀਫਿਕੇਟ ਇਲੈਕਟ੍ਰਿਸਿਟੀ ਬਿੱਲ ਪੇਮੈਂਟ ਐਡੀਸ਼ਨ ਆਫ ਨੇਮ ਇਨ ਬਰਥ ਸਰਟੀਫਿਕੇਟ ਇਨਸਪੈਕਸ਼ਨ ਆਫ ਰੈਵਨਿਊ ਰਿਕਾਰਡ ਰਜਿਸਟ੍ਰੇਸ਼ਨ ਆਫ ਮੈਰਿਜ ਮਲਟੀਪਲ ਕਾਪੀਜ਼ ਆਫ ਡੈਥ ਸਰਟੀਫਿਕੇਟ ਰੀਨਿਊਵਲ ਆਫ ਕੰਸਟਰਕਸ਼ਨ ਵਰਕਰ ਰੀਨਿਊ ਕਰਦੇ ਆਪਾਂ ਇੱਕ ਸਰਟੀਫਿਕੇਟ ਇਸ਼ੂ ਹੋਣਾ ਫਿਰ ਰੀਨਿਊ ਕਰਾਉਣਾ ਮੰਨ ਲਓ ਕੋਈ ਸਰਟੀਫਿਕੇਟ ਰੀਨਿਊ ਕਰਾਉਣਾ ਉਹ ਵੀ ਆਰਮਲਾ ਸਾਇੰਸ ਦੇ ਚ ਹਜੇ ਹੈ ਨਹੀਂਗਾ ਸਰਟੀਫਿਕੇਟ ਜਿਹੜੇ ਤੁਹਾਡੀਆਂ ਰਜਿਸਟਰਡ ਹੀ ਆ ਉਹਦਾ ਸਰਟੀਫਾਈਡ ਕਾਪੀ ਤੁਹਾਨੂੰ ਅਗਰ ਚਾਹੀਦੀ ਆ ਤੁਹਾਡੇ ਨਾਂ ਤੇ ਜ਼ਮੀਨ ਹੈ ਪਲਾਟ ਦੀ ਰਜਿਸਟਰੀ ਸਰਟੀਫਾਈਡ ਉਹ ਵੀ ਮਿਲੂਗੀ ਅੱਛਾ ਇਹ ਤੁਹਾਡੀ ਗੱਲ ਬਾਕੀ ਚਲੋ ਮੈਂ ਤੁਹਾਡੀਆਂ ਅਸੀਂ ਆਪ ਚਲਾ ਦੇਾਂਗੇ ਕਿਹੜੀ ਕਿਹੜੀਆਂ ਇਹ ਚੀਜ਼ੇ ਤੁਹਾਡੀ ਸਮਝਣ ਵਾਲੀ ਆ ਮੰਨ ਲਓ ਕਿਸੇ ਦੀ ਰਜਿਸਟਰੀ ਲੱਭ ਨਹੀਂ ਰਹੀ ਇੱਧਰ ਉੱਧਰ ਆ ਜਾਂ ਕਿਤੇ ਨੂੰ ਕਾਪੀ ਦੀ ਲੋੜ ਪੈਗੀ ਉਹ ਕਾਪੀ ਵੀ ਅਸੀਂ ਆਹੀਂ ਲੈ ਸਕਦੇ ਤੁਸੀਂ ਆਪਣੀ ਉਹ ਰਿਕੁਆਇਰਮੈਂਟ ਜਾਂ ਐਪਲੀਕੇਸ਼ਨ ਪਾ ਕੇ ਜਾਂ ਰਿਕੁਐਸਟ ਪਾ ਕੇ ਜੋ ਜੋ ਇੱਕ ਪ੍ਰੋਸੈਸ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਸਰਟੀਫਾਈਡ ਕਾਪੀ ਰਜਿਸਟਰੀ ਦੀ ਤੁਹਾਡੇ ਘਰ ਆਊਗੀ ਉਹ ਵੀ ਇਹਦੇ ਚ ਅੱਛਾ ਕਿਹੜੀ ਕਿਹੜੀ ਚੀਜ਼ਾਂ ਲਿਗੀਆਂ ਇੱਕ ਤੇ ਆਰਮ ਲਾਇਸੈਂਸ ਨੀਰ ਤੋਂ ਬਾਹਰ ਰੱਖਿਆ ਈ ਸਟੈਂਪ ਪੇਪਰ ਬਾਹਰ ਰੱਖਿਆ ਕਾ ਆਧਾਰ ਕਾਰਡ ਤਿੰਨ ਚੀਜ਼ਾਂ ਬਾਹਰ ਰੱਖੀਆਂ ਹਜੇ ਬਹੁਤ ਸਾਰੀਆਂ ਸਰਵਿਸਿਜ਼ ਹੋਰ ਜਿਹੜੀਆਂ ਹਜੇ ਐਕਸਕਲੂਡ ਹੈ ਇਹਦੇ ਚ ਉਹ ਵੀ ਆਉਣ ਵਾਲੇ ਟਾਈਮ 'ਚ ਇਨਕਲੂਡ ਕਰਾਂਗੇ। ਅੱਛਾ ਬੇਸ ਸਾਰੀਆਂ ਹੋ ਗਈ। ਇੱਕ ਤਾਂ ਅਸਲਾ ਲਾਇਸੈਂਸ ਨਹੀਂ ਵਿੱਚ, ਆਧਾਰ ਕਾਰਡ ਨਹੀਂ ਵਿੱਚ ਤੇ ਈ-ਸਟੈਂਪ ਪੇਪਰ ਇਹ ਤਿੰਨ ਚੀਜ਼ਾਂ ਦੇ ਵਿੱਚ ਨਹੀਂ ਗਈਆਂ। ਅੱਛਾ ਇੱਕ ਹੋਰ ਤੁਹਾਡਾ ਮੁਲਾਜ਼ਮ ਘਰੇ ਆ ਕੇ ਕਰ ਜੂਗਾ। ਭਾਈ ਕੋਈ ਪੈਸੇ ਪੂਸੇ ਵੀ ਲਵੋਗੇ ਉਹਦੇ ਤੁਸੀਂ। ਜਿਹੜਾ ਤੇ ਉਹਦਾ ਕਿਰਾਇਆ ਪਾੜਾ ਮਿਨਿਮਮ ਬਹੁਤ ਮਿਨਿਮਮ ਹੈ ਜਿਹੜਾ ਉਹਦਾ ਉਹਨੇ ਆਉਣਾ ਆ। ਇਸ ਤੋਂ ਬਾਅਦ ਜਿਹੜੀ ਸਰਟੀਫਿਕੇਟ ਫੀਸ ਹੈ ਜੋ ਵੀ ਉਹ ਸਰਕਾਰ ਤੈਅ ਕਰੋਗੀ ਉਹ ਤੇ ਸਾਰਾ ਕੁਝ ਹੋਣਾ ਆਨਲਾਈਨ ਪਤਾ ਲੱਗ ਹੀ ਜਾਣਾ ਸਰਵਿਸ ਦੇ ਹਿਸਾਬ ਨਾਲ। ਇੰਨਾ ਹੀ ਆ ਵੀ ਦੇਖੋ ਇਹ ਨਾ ਕਿਰਾਇਆ ਪੜਾ ਕਿੰਨਾ ਲੈ ਰਹੇ ਹੋ ਇਹ 120 ਰੁਪਏ ਉੱਕਾ ਪੁੱਕਾ ਤੈਅ ਕੀਤਾ ਹੈ ਹਰੇਕ ਡਿਸਟ੍ਰਿਕਟ ਹੈੱਡਕੁਆਟਰ ਤੋਂ ਬਾਈਕ ਤੋ ਆਰਾ ਜਾਊਗਾ ਤੁਹਾਡੇ ਘਰ ਜਾਂ ਪਿੰਡ 'ਚ ਸੋ ਮੈਨੂੰ ਲੱਗਦਾ ਉਹ ਇੱਕ ਅੱਕਾ ਵੱਕਾ ਆ ਇੱਕ ਸਪਸ਼ਟ ਕਰ ਦਈਏ 120 ਰੁਪਏ ਤੁਹਾਡੇ ਤੋਂ ਕਰਾਇਆ ਲੈਣਾ ਕਿਉਂਕਿ ਜੇ ਤੁਸੀਂ ਆਪ ਵੀ ਜਾਣਦੇ ਆ ਪਹਿਲਾਂ ਤਾਂ ਤੁਸੀਂ ਆਪ ਦੀ ਦਿਹਾੜੀ ਤੋੜ ਕੇ ਜਾਣਾ ਫਿਰ ਉੱਥੇ ਜਾ ਕੇ ਲੈਂਡ 'ਚ ਖੜ ਕੇ ਜਿਹੜਾ ਤੁਸੀਂ ਉੱਥੇ ਲੋ ਧੱਕਾ ਮੁੱਕੀ ਹੋਣਾ ਉਹ ਵੱਖਰਾ ਕਿਸੇ ਮੁਲਾਜ਼ਮ ਨੇ ਤੁਹਾਨੂੰ ਕੁਝ ਕਹਿਤਾ ਉੱਥੇ ਬਹਿਸ ਬੱਜੇ ਵੱਖਰੀ ਲੜਾਈ ਕਲੇਸ਼ ਵੱਖਰਾ ਉਹ ਸਾਰਾ ਖਰਚਾ ਤੁਹਾਡਾ ਤੇਲ ਤੁਹਾਡਾ ਆਉਣ ਜਾਣ 120 ਰੁਪਏ ਉਹ ਸਰਕਾਰ ਨੇ ਤੁਹਾਡੇ ਤੋਂ ਫੀਸ ਲੈਣੀ ਹੈ ਦੂਜਾ ਇਹ ਚੀਜ਼ ਸਮਝ ਲਓ ਕਿ ਜੇ ਤੁਹਾਡੇ ਕਿਸੇ ਸਰਟੀਫਿਕੇਟ ਦੀ ਪਹਿਲਾਂ ਤੋਂ ਫੀਸ ਸਰਕਾਰੀ ਤੈਅ ਆ ਕਿਸੇ ਸਰਟੀਫਿਕੇਟ ਲਈ 100 ਆ ਕਿਸੇ ਲਈ 200 ਆ ਕਿਸੇ ਲਈ 150 ਕਿਸੇ ਲਈ 500 ਆ ਤਾਂ ਉਹ ਫੀਸ ਜਿਹੜੀ ਆ ਉਹ ਇਹਦੇ ਵਿੱਚ ਨਹੀਂ ਹੈ ਇਹ ਤੁਹਾਡਾ ਤੇਲ ਪਾਣੀ ਆਉਣ ਜਾਣ 120 ਰੁਪਏ ਉਹ ਆ ਬਾਕੀ ਜਿਹੜੀ ਫੀਸ ਆ ਤੁਸੀਂ ਉਹ ਸਰਕਾਰ ਨੇ ਲੈਣੀ ਆ ਉਹ ਅਲੱਗ ਲੈਣੀ ਤੇ ਇਹਦੇ ਚ 120 ਚ ਇਨਕਲੂਡਿੰਗ ਉਹ ਵੀ ਆ ਕਿ ਸਰਟੀਫਿਕੇਟ ਜਦੋਂ ਤੁਹਾਨੂੰ ਡਿਲੀਵਰ ਕਰਨ ਜਾਣਾ ਉਹ ਵੀ ਇਹ ਚ ਇਨਕਲੂਡ ਹੈ ਇੱਕ ਤਾਂ ਤੁਹਾਡੀ ਰਿਕੁਐਸਟ ਲੈਣ ਜਾਣਾ ਹੈ ਜੀ ਵੈਰੀਫਿਕੇਸ਼ਨ ਵਾਸਤੇ ਜਾਣਾ ਹੈ ਦੂਸਰਾ ਜਦੋਂ ਸਰਟੀਫਿਕੇਟ ਤਿਆਰ ਹੋ ਗਿਆ ਤੁਹਾਡੇ ਘਰ ਡਿਲੀਵਰ ਕਰਨ ਜਾਣਾ ਉਹਦਾ ਉਹ ਵੀ 120 ਚ ਇਨਕਲੂਡ ਹੈ ਚਲੋ ਹੋਰ ਸਸਤਾ 60 ਰੁਪਈਆ ਚ ਹੋ ਗਿਆ ਇੱਕ ਗੇੜਾ 60 ਰੁਪਈਆ ਚ ਤੁਹਾਡੀ ਆ ਕੇ ਉਹਨਾਂ ਨੇ ਅਪਲਾਈ ਕਰਨਾ ਤੇ 60 ਰੁਪਈਆ ਚ ਮੁੜ ਕੇ ਟੋਟਲ 120 ਰੁਪਈਆ ਲੈਣੇ ਆ ਤੇ ਸਰਟੀਫਿਕੇਟ ਤੁਹਾਡੇ ਘਰੇ ਪਹੁੰਚ ਜਾਣਾ ਹਾਂ ਬਿਲਕੁਲ ਦੇਖੋ ਬਜ਼ੁਰਗਾਂ ਦੀ ਖੱਜਲ ਖਰਾਬੀ ਨੌਕਰੀ ਪੇਸ਼ਾਂ ਦੀ ਖੱਜਲ ਖਰਾਬੀ ਰੁਕੂਗੀ ਕਰਪਸ਼ਨ ਘਟੂਗੀ ਅੱਛਾ ਇਹ ਨਾਲ ਆਊਟਸੋਰਸ ਨਵੀਂ এমਪਲాయਮੈਂਟ ਜਨਰੇਸ਼ਨ ਵੀ ਹੋਊਗੀ ਇਹ ਨਾਲ ਨਵੇਂ ਨੌਜਵਾਨਾਂ ਨੂੰ ਨੌکریاں ਵੀ ਮਿਲਣਗੀਆਂ ਕੰਗਸਰ ਇੱਕ ਚੀਜ਼ ਹੋਰ ਸਮਝਣੀ ਚਾਹੂੰਗਾ ਪਹਿਲਾਂ ਵੀ ਬੜੀਆਂ ਸਮੱਸਿਆਵਾਂ ਆਉਂਦੀਆਂ ਆ ਕਿ ਜੇ ਰੀ ਦਾਅਵੇ ਬੜੇ ਹੋ ਜਾਂਦੇ ਆ ਐਸਾ ਤਾਂ ਨਹੀਂ ਕਿ ਹੁਣ ਲੋਕ ਬੜੀਆਂ ਉਮੀਦਾਂ ਲਾ ਲੈਣ ਕਿ ਲੋਜੀ ਘਰੇ ਬੈਠੀ ਗੱਲ ਬਣ ਜਾਣੀ ਆ ਤੇ ਮੁੜ ਕੇ ਕੋਈ ਉਹ ਜਿਹੜਾ ਨੰਬਰ ਤੁਸੀਂ ਦਿੱਤਾ ਕੋਈ ਉੱਥੇ ਕਹਦੇ ਜੀ ਅਭੀ ਆਪ ਦਾ ਨੰਬਰ ਵਿਅਸਤ ਹੈ ਅਭੀ ਆਪ ਕਤਾਰ 'ਚ ਮੈਂ ਹੈ ਕਿਤੇ ਇਦਾਂ ਲੋਕ ਕੋਲ ਜੇ ਰਹਿਣ ਇਹ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਤੁਸੀਂ ਚੱਕਦੇ ਹੋ ਕਿ ਹਾਂ ਭਾਈ ਬੇਫਿਕਰ ਰਹੋ ਹੁਣ ਤੱਕੇ ਨਹੀਂ ਖਾਣੇ ਪੈਣੇ ਵਾਰੀ ਵਾਰੀ ਫੋਨ ਨਹੀਂ ਕਰਨਾ ਪੈਣਾ ਹਾਂ ਡੈਫੀਨਿਟਲੀ ਮੈਂ ਇਹੀ ਇਸ ਕਰਕੇ ਕਹਿਆ ਨਾ ਇਹ ਸਾਰੇ ਮੈਕੈਨਿਜ਼ਮ ਤੇ ਸਰਕਾਰ ਦਾ ਇੱਕ ਚੈੱਕ ਡਿਪਾਰਟਮੈਂਟ ਵੱਲੋਂ ਚੈੱਕ ਵੀ ਰਹੂਗਾ ਕਿ ਵਾਕਈ ਪ੍ਰੋਪਰ ਸਰਵਿਸ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਕਿ ਨਹੀਂ ਜਾ ਰਹੀ ਦੇਖੋ ਸੁਧਾਰ ਦੀ ਗੁੰਜਾਇਸ਼ ਤੇ ਹਮੇਸ਼ਾ ਰਹਿੰਦੀ ਆ ਲੇਕਿਨ ਮੈਨੂੰ ਲੱਗਦਾ ਹੈ ਵੀ ਸਾਡਾ ਮਾਨ ਸਾਹਿਬ ਦੀ ਸਰਕਾਰ ਕੰਮ ਹੀ ਇਸੇ ਤਰੀਕੇ ਨਾਲ ਕਰ ਰਹੀ ਕਿ ਸਾਡੀ ਜਵਾਬਦੇਹੀ ਆ ਅਸੀਂ ਜੇ ਵੋਟਾਂ ਮੰਗਣਾ ਹੈ ਹੁਣ ਅਸੀਂ ਕੰਮ ਕਰਨ ਵੀ ਆਵਾਂਗੇ ਤੇ ਅਸੀਂ ਗਾਂ ਵੀ ਲੋਕਾਂ ਕੋਲ ਜਾਣਾ ਇੱਕ ਚੀਜ਼ ਹੋਰ ਇਹਦਾ ਤੁਸੀਂ ਪਹਿਲਾਂ ਕੋਈ ਪਾਇਲਟ ਪ੍ਰੋਜੈਕਟ ਬਣਾ ਕੇ ਚੈੱਕ ਕੀਤਾ ਇਹਦਾ ਟ੍ਰਾਇਲ ਹੋਇਆ ਕਿਉਂਕਿ ਇਹਨਾਂ ਨਾਲ ਵਿੱਚ ਤਾਂ ਕੋਈ ਗੱਡੀ ਵੀ ਨਵੀਂ ਆਉਂਦੀ ਹੈ ਮਾਰਕੀਟ 'ਚ ਤਾਂ ਪਹਿਲਾਂ ਉਹਨੂੰ ਚਲਾ ਕੇ ਵੇਖਣਾ ਜ਼ਰੂਰੀ ਹੈ ਕਿ ਇਹਦੇ ਟਾਇਰ ਟੂਰ ਖੁੱਲੇ ਫਿਰਨ ਉਹਦੇ ਤੇ ਇਹਦੇ ਟਾਇਰ ਟੂਰ ਚੈੱਕ ਕਰ ਲੈ ਤੁਸੀਂ ਇਹ ਗੱਡੀ ਸਹੀ ਚੱਲੂਗੀ ਸੜਕ ਤੇ ਦੇਖੋ ਪਹਿਲੀ ਗੱਲ ਤੇ ਇਹ ਸਾਰੀ ਸਕੀਮ ਦਿੱਲੀ ਸਰਕਾਰ ਪਿਛਲੇ 10 ਸਾਲ ਤੋਂ ਮਾਨਸ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਾਲੀ ਚੱਲ ਰਹੀ ਹੈ ਦੂਸਰਾ ਅਸੀਂ ਪੰਜਾਬ ਚ ਨੂੰ ਸੰਗਰੂਰ ਡਿਸਟ੍ਰਿਕਟ ਚ ਟ੍ਰਾਇਲ ਬੇਸਿਸ ਪਿਛਲੇ 2-3 ਮਹੀਨਿਆਂ ਤੋਂ ਲਾਗੂ ਕੀਤਾ ਹੋਇਆ ਹੈ ਸੰਗਰੂਰ ਜ਼ਿਲ੍ਹੇ ਚ ਸੋ ਸਾਰਾ ਚੈੱਕ ਬੈਲੈਂਸ ਪੂਰਾ ਹੈਗਾ ਘਟਾਵ ਵਧਾ ਕੇ ਪੂਰਾ ਚੈੱਕ ਕਰ ਲਿਆ ਉਸ ਤੋਂ ਬਾਅਦ ਹੀ ਲਾਗੂ ਕਰ ਰਹੇ ਤਾਂ ਨਵੀਂ ਸਕੀਮ ਪੰਜਾਬ ਦੇ ਲੋਕਾਂ ਲਈ ਇੱਕ ਤੋਹਫੇ ਵਰਗੀ ਸਕੀਮ ਹੈ ਕਿ ਹੁਣ ਤੁਹਾਨੂੰ ਆਪਦੇ ਕਿਸੇ ਕੰਮ ਦੇ ਲਈ ਸਰਟੀਫਿਕੇਟ ਬਣਾਉਣ ਦੇ ਲਈ ਤੁਹਾਨੂੰ ਸਰਕਾਰੀ ਦਫ਼ਤਰਾਂ 'ਚ ਚੱਕਰ ਨਹੀਂ ਕਰਨੇ ਪੈਣੇ ਜੇ ਤੁਹਾਡੇ ਕੋਲੇ ਸਕੂਟਰ ਮੋਟਰਸਾਈਕਲ ਨਹੀਂ ਹੈ ਤਾਂ ਤੁਹਾਨੂੰ ਕਿਸੇ ਦਾ ਮੰਗ ਕੇ ਉਹਦੇ ਤੇਲ ਪਾ ਕੇ ਨਹੀਂ ਜਾਣਾ ਪੈਣਾ ਤੁਹਾਨੂੰ ਬੱਸੇ ਚੜ੍ਹ ਕੇ ਨਹੀਂ ਜਾਣਾ ਪੈਣਾ ਤੁਹਾਡੇ ਕੋਲ ਘਰੇ ਮੁਲਾਜ਼ਮ ਆਏਗਾ ਪਹਿਲਾਂ ਅਪਲਾਈ ਕਰਕੇ ਜਾਏਗਾ ਫਿਰ ਸਰਟੀਫਿਕੇਟ ਦੇਣ ਵੀ ਕਰੇ ਆਏਗਾ ਤੇ ਟੋਟਲ 120 ਰੁਪਏ ਤੁਹਾਡੇ ਤੋਂ ਲੈਣੇ ਆ ਫੀਸ ਜਿਹੜੀ ਵੱਖਰੀ ਬਾਨੀ ਆ ਉਹ ਅਲੱਗ ਲਈ ਜਾਏਗੀ ਤੁਹਾਡੀ ਖੱਜਲ ਖਵਾਰੀ ਜਿਹੜੀ ਆ ਉਹ ਹੁਣ ਬੰਦ ਕਰਨ ਦਾ ਦਾਵਾ ਕਰ ਰਹੀ ਹੈ ਪੰਜਾਬ ਸਰਕਾਰ ਤਾਸ ਕਰਦੇ ਆ ਜਿਹੜੇ ਲੋਕਾਂ ਨੇ ਜ਼ਿੰਮੇਵਾਰੀ ਦੇ ਨਾਲ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਰਕਾਰ ਨੂੰ ਉਹਨਾਂ ਲੋਕਾਂ ਨੂੰ ਹੁਣ ਸਹੂਲਤ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਸ ਕਰਦੇ ਆ ਕਿ ਹੁਣ ਉਹਨਾਂ ਲੋਕਾਂ ਨੂੰ ਇਹ ਸਹੂਲਤ ਜਿਸ ਤਰੀਕੇ ਦਾਵਾ ਕੀਤਾ ਜਾ ਰਿਹਾ ਉਸੇ ਤਰੀਕੇ ਮਿਲੇ ਵੀ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨੁਪਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ